ਆਸ਼ਕੀ ਹੁਣ ਇਸ ਤਰੀਕੇ ਨਾਲ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਕਿ ਕੋਈ ਵੀ ਕਿਸੇ ਦਾ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਉੱਥੇ ਹੀ ਜੇਕਰ ਗੱਲ ਕਰੀ ਜਾਵੇ ਐਕਸਟਰਾ ਮੈਰਿਟਲ ਅਫੇਅਰਸ ਦੀ, ਤਾਂ ਅਜਿਹੇ ਮਾਮਲੇ ਅਕਸਰ ਹਰ ਰੋਜ਼ ਸਾਹਮਣੇ ਆਉਂਦੇ ਹੀ ਰਹਿੰਦੇ ਨੇ। ਅਜਿਹਾ ਹੀ ਮਾਮਲਾ ਹੈ ਤਰਨ ਤਾਰਨ ਦਾ, ਜਿੱਥੇ ਕਿ ਮਨਦੀਪ ਕੌਰ ਨਾਮ ਦੀ ਮਹਿਲਾ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਹੀ ਕਰ ਦਿੱਤਾ, ਪਰ ਪੁਲਿਸ ਨੇ ਕਤਲ ਦੀ ਇਹ ਗੁੱਥੀ ਆਖਿਰਕਾਰ ਸੁਲਝਾ ਹੀ ਲਈ ਹੈ। ਤਰਨ ਤਾਰਨ ਪੁਲਿਸ ਨੇ 1 ਸਾਲ ਪਹਿਲਾਂ ਪੱਟੀ ਕਸਬੇ ਦੇ ਵਾਸੀ ਸੋਨਾ ਸਿੰਘ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ 1 ਸਾਲ ਤੱਕ ਚੱਲੀ ਜਾਂਚ ਵਿੱਚ ਇਹ ਪਾਇਆ ਹੈ ਕਿ ਮ੍ਰਿਤਕ ਸੋਨਾ ਸਿੰਘ ਦੀ ਪਤਨੀ ਦੇ ਬਾਹਰ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ, ਅਤੇ ਉਕਤ ਪ੍ਰੇਮ ਸੰਬੰਧਾਂ 'ਤੇ ਚੱਲਦਿਆਂ ਮ੍ਰਿਤਕ ਦੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ। ਇਹ ਘਟਨਾ ਤੋਂ ਬਾਅਦ ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ ਅਤੇ ਮਾਮਲੇ ਦੀ ਤਫਦੀਸ਼ ਕਰਨ ਤੋਂ ਬਾਅਦ ਪੁਲਿਸ ਨੇ ਇਹ ਗੁੱਥੀ ਸੁਲਝਾ ਹੀ ਲਈ ਹੈ। ਇਸ ਘਟਨਾ ਦੇ ਬਾਰੇ SP ਜਗਜੀਤ ਸਿੰਘ ਵਾਲੀਆ ਦਾ ਕੀ ਕਹਿਣਾ ਹੈ, ਆਓ ਜਾਣ ਲੈਂਦੇ ਹਾਂ। ਇੱਕ ਤਰਨ ਤਾਰਨ ਦੇ ਵਿੱਚ ਪੱਟੀ ਕਸਬੇ ਦੇ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਇੱਕ ਸੋਨਾ ਸਿੰਘ ਨਾਮ ਦਾ ਵਿਅਕਤੀ ਜਿਹੜਾ ਮਿਸ ਹੋ ਗਿਆ ਸੀ ਆਪਣੇ ਇੱਥੋਂ ਘਰੋਂ, ਉਹਦੇ ਬਾਰੇ ਉਹਦੀ ਸਿਸਟਰ ਵੱਲੋਂ ਇੱਕ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਹੁਣ ਪੁਲਿਸ ਕੋਲ ਆ ਕੇ ਕਿ ਉਹ ਮਿਸ ਨਹੀਂ ਹੋਇਆ, ਉਹਦੇ ਕਿਸੇ ਨੇ ਉਹਦਾ ਕਤਲ ਕੀਤਾ ਹੈ, ਜੋ ਕਿ ਸਾਡੇ ਇੰਸਪੈਕਟਰ ਪਰਮਜੀਤ ਸਿੰਘ ਉਹਨਾਂ ਦੀ ਸੁਪਰਵਿਜ਼ਨ ਜਿਹੜੇ DSP ਪੱਟੀ ਸਰਦਾਰ ਕੌਰਪ੍ਰੀਤ ਸਿੰਘ ਉਹਨਾਂ ਨੇ ਦੇਖਿਆ ਸਾਰਾ ਮੈਟਰ ਨੂੰ ਆਪ ਦੇਖ ਕੇ, ਜੋ ਹੁਣ ਸਾਰਾ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਸਾਡੇ, ਉਹ ਇਹ ਹੈਗਾ ਕਿ ਸੋਨਾ ਸਿੰਘ ਦੀ ਵਾਈਫ ਮਨਦੀਪ ਕੌਰ, ਉਹਦਾ ਇੱਕ ਲੜਕੇ ਦੇ ਨਾਲ ਨਜਾਇਜ਼ ਸੰਬੰਧ ਸਨ, ਜਿਸ ਦੇ ਤਹਿਤ ਉਸ ਲੜਕੇ ਦੇ ਨਾਲ ਮਿਲ ਕੇ ਉਹ ਅਤੇ ਨਾਲ ਇੱਕ ਹੋਰ ਉਸ ਲੜਕੇ ਦਾ ਦੋਸਤ ਵਰਿੰਦਰ ਸਿੰਘ ਜਿਹਦੇ ਨਾਲ ਨਜਾਇਜ਼ ਸੰਬੰਧ ਸਨ, ਅਤੇ ਗੁਰਵਿੰਦਰ ਸਿੰਘ ਜਿਹੜਾ ਵਰਿੰਦਰ ਦਾ ਦੋਸਤ, ਉਹਨਾਂ ਨਾਲ ਰਲ ਕੇ ਉਹਨਾਂ ਨੇ ਜਿਹੜਾ ਸੋਨਾ ਸਿੰਘ ਸੀਗਾ ਉਹਦਾ ਉਹਨੂੰ ਪਹਿਲਾਂ ਅਗਵਾ ਕੀਤਾ, ਫਿਰ ਉਹਦਾ ਕਤਲ ਕਰਕੇ ਉਹਦੀ ਜਿਹੜੀ ਬੋਡੀ ਸੀ ਉਹ ਡਿਸਪੋਜ਼ ਆਫ ਕਰ ਦਿੱਤੀ ਗਈ। ਇਸ ਚੀਜ਼ ਨੂੰ ਸਾਰੀ ਜਿਹੜਾ ਹੈਗਾ ਦੇਖ ਕੇ ਸਾਰਾ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਉਹ ਚੀਜ਼ ਦਾ ਦੋ ਦੋਸ਼ੀ ਫੜੇ ਵੀ ਗਏ ਹਨ, ਉਹਦੇ ਵਿੱਚ ਤੀਸਰੇ ਦੋਸ਼ੀ ਦੀ ਜਿਹੜੀ ਭਾਲ ਹੈਗੀ ਉਹ ਵੀ ਜਲਦੀ ਜਿਹੜਾ ਫੜਿਆ ਜਾਏਗਾ। ਤਕਰੀਬਨ 1 ਸਾਲ ਪਹਿਲਾਂ ਦੇ ਕਰੀਬ ਜਿਹੜਾ ਸਤੰਬਰ ਮੰਥ ਦੇ ਕਰੀਬ ਜਿਹੜਾ ਹੈਗਾ ਉਹ ਲੜਕਾ ਜਿਹੜਾ ਮਿਸਿੰਗ ਹੋਇਆ ਸੀਗਾ ਸੋਨਾ ਸਿੰਘ, ਇਹਦਾ ਜਿਹੜਾ ਇਹਨਾਂ ਨੇ ਜਿਹੜੇ ਕਿਰਤੋਵਾਲ ਦੀ ਸਾਈਡ ਉੱਥੇ ਨਹਿਰ ਵਾਲੀ ਸਾਈਡ 'ਤੇ ਲਿਜਾ ਕੇ ਜਿਹੜਾ ਉਹਨੂੰ ਪਹਿਲਾਂ ਮਾਰਿਆ, ਉਹਦਾ ਗਲਾ ਜਿਹੜਾ ਕੱਟ ਕੇ ਉਸ ਤੋਂ ਬਾਅਦ ਉਹਨੂੰ ਜਿਹੜਾ ਉਹਦੀ ਡੈਡ ਬੋਡੀ ਦਰਿਆ ਦੇ ਵਿੱਚ ਉੱਥੇ ਨਹਿਰ ਦੇ ਵਿੱਚ ਡਿਸਪੋਜ਼ ਆਫ ਕਰ ਦਿੱਤੀ। ਇਹਦਾ ਜਿਹੜਾ ਕੁਛ ਸਮਾਨ ਹੈਗਾ ਮੌਕੇ ਤੋਂ ਉੱਥੋਂ ਇੱਕ ਪਰਸ ਅਤੇ ਇਹਦਾ ID ਕਾਰਡ ਉੱਥੋਂ ਮਿਲ ਗਿਆ ਸੀਗਾ, ਅਤੇ ਕੁਛ ਉਹਦੇ ਜਿਹੜਾ ਘਰੋਂ ਵੀ ਜਿਹੜੀ ਬਰਾਮਦਗੀਆਂ ਉਹਦੇ ਸਮਾਨ ਦੀਆਂ ਹੋ ਗਈਆਂ ਨੇ, ਅਤੇ ਤੀਸਰਾ ਬੰਦਾ ਜਿਹੜਾ ਉਹਦਾ ਆਸ਼ਿਕ ਸੀਗਾ ਵਰਿੰਦਰ ਸਿੰਘ ਉਹ ਵੀ ਜਲਦੀ ਅਰੈਸਟ ਹੋ ਜਾਏਗਾ। ਪਹਿਲਾਂ ਮਿਸਿੰਗ ਦਾ ਸੀਗਾ ਉਸ ਚੀਜ਼ ਦੇ ਵਿੱਚ, ਜਦੋਂ ਕਿਸੇ ਨੇ ਆ ਕੇ ਕੋਈ ਸ਼ੱਕ ਜ਼ਾਹਿਰ ਕੀਤਾ ਇਮੀਡੀਏਟਲੀ ਪੁਲਿਸ ਨੇ ਉਸ ਚੀਜ਼ 'ਤੇ ਐਕਸ਼ਨ ਕੀਤਾ, ਸਾਰਾ ਚੀਜ਼ ਬੰਦੇ ਫੜੇ ਵੀ ਗਏ ਆ, ਸਾਰੀ ਚੀਜ਼ ਸਾਹਮਣੇ ਨਿਕਲ ਕੇ ਆ ਗਈ। ਰੰਗਲਾ TV ਲਈ ਤਰਨ ਤਾਰਨ ਤੋਂ ਅਮਨ ਮਨਚੰਦਾ ਦੀ ਰਿਪੋਰਟ।